ਨਗਰ ਕੌਂਸਲ ਨੰਗਲ ਵਿੱਚ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਹੈ ਅਤੇ ਸ਼ਹਿਰ ਦੀ ਤਰੱਕੀ ਦੇ ਲਈ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੇ ਆਦੇਸ਼ ਵੀ ਦਿੱਤੇ ਨੇ। ਵਿਧਾਨ ਸਭਾ ਸਪੀਕਰ ਹਰਕਮਲ ਸਿੰਘ ਨੇ ਸਾਫ਼ ਸ਼ਬਦਾਂ ਦੇ ਵਿੱਚ ਆਖਿਆ ਹੈ ਕਿ ਨੰਗਲ ਸ਼ਹਿਰ ਵਿੱਚ ਅਧੂਰੇ ਪਏ ਕੰਮਾਂ ਨੂੰ ਅਧਿਕਾਰੀ ਜਲਦ ਹੀ ਮੁਕੰਮਲ ਕਰਨ, ਚਾਹੇ ਉਹ ਮੇਨ ਮਾਰਕੀਟ ਨੰਗਲ ਦਾ ਕੰਮ ਹੋਵੇ ਜਾਂ ਫਿਰ ਨਗਰ ਕੌਂਸਲ ਵਿੱਚ ਸ਼ਾਮਿਲ 6 ਪਿੰਡਾਂ ਦਾ ਕੰਮ ਹੋਵੇ। ਵਿਧਾਨ ਸਭਾ ਸਪੀਕਰ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਵਿਕਾਸ ਕੰਮਾਂ ਵਿੱਚ ਹੋ ਰਹੀ ਦੇਰੀ ਨੂੰ ਹਰਗਿਜ਼ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਤਨੇ AMC ਸਾਹਿਬਾਨ ਅੱਜ ਹਾਜ਼ਰ ਹੋਏ ਹੈ, ਇਹਨਾਂ ਨੇ ਸਾਰਿਆਂ ਨੇ ਟੱਟ ਕੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਅਸੀਂ ਸ਼ਹਿਰ ਦੇ ਵਿਕਾਸ ਖਾਤਰ ਸਰਕਾਰ ਨੂੰ ਸਹਿਯੋਗ ਦੇਵਾਂਗੇ, ਮੈਂ ਪ੍ਰਧਾਨ ਜੀ ਨੂੰ ਸਹਿਯੋਗ ਦੇਣਾ ਤੇ ਸਾਰਿਆਂ ਨੇ ਇਕੱਠੇ ਹੋ ਕੇ ਪੁਰੀ ਸਾਹਿਬ ਨੂੰ ਅੱਗੇ ਲਾ ਕੇ ਸਾਰੇ ਮੈਂਬਰ ਸਾਹਿਬਾਨ ਦੇ ਸਹਿਯੋਗ ਨਾਲ ਅਸੀਂ ਸ਼ਹਿਰ ਦੇ ਵਿੱਚ ਵਿਕਾਸ ਦੀ ਹਨੇਰੀ ਲਿਆਵਾਂਗੇ ਔਰ ਇੱਕ ਸਾਫ਼ ਸੁਥਰਾ ਪ੍ਰਬੰਧ ਸ਼ਹਿਰ ਦੇ ਲੋਕਾਂ ਨੂੰ ਦੇਵਾਂਗੇ।